ਹੋ ਗਿਆ ਫੈਸਲਾ, ਅੱਜ ਤੋਂ ਜਿਹਨੇ ਫੌਜੀ ਕਿਹਾ ਉਹਦੀ ਹੋਊਗੀ ਛਿੱਤਰ ਪਰੇਟ। ਵੀ ਆਪਾਂ ਬਾਹਰਲੇ ਬੰਦੇ ਨੂੰ ਦੱਸਣਾ ਜੇ ਆਪਸ ਵਿੱਚ ਨਹੀਂ ਗੱਲ ਕਰਨੀ? ਕੀ ਉਹ ਆਹੀ ਕਿ ਕਰਮ ਸਿੰਘ ਫੌਜੀ ਹੈ? ਗੱਲ ਸੁਣ ਲਾ ਮਹਿੰਗਾ ਸਿਆ, ਮੈਂ ਰਿਸ਼ਤਾ ਕਰਾਉਣਾ ਕੁੜੀ ਦੇਖ ਕੇ। ਐ ਨਹੀਂ ਹੋ ਸਕਦਾ, ਇਹੋ ਜਿਹਾ ਤਾਂ ਰਿਵਾਜ ਹੀ ਨਹੀਂ। ਬੋਲੇ ਹੁਣ ਜੋ ਮਰਜ਼ੀ ਹੋ ਜਾਏ, ਹੁਣ ਤਾਂ ਚੰਨ ਕੌਰ ਨੂੰ ਦੇਖਣਾ ਹੀ। ਸਾਨੂੰ ਆ ਕਿਵੇਂ ਪਤਾ ਲੱਗੂ ਕਿ ਚੰਨ ਕੌਰ ਕਿਹੜੀ ਆ? ਚੰਨ ਕੌਰ ਪੱਚੀਆਂ ਪਿੰਡਾਂ 'ਚ ਸਭ ਤੋਂ ਸੋਹਣੀ ਆ। ਮੈਂ ਚਲਾਨਾ ਰਹੀ ਸੀ, ਮੇਰਾ ਕੰਨ ਕਾਹਨੂੰ ਲਾਤਾ ਤੂੰ? ਮੈਂ ਇਹਨੂੰ ਦੱਸ ਨਹੀਂ ਸਕਦਾ ਸੀ। ਸਪਟੈਂਬਰ ਨੂੰ ਰਿਲੀਜ਼ ਹੋ ਰਹੀ ਹੈ। ਨਿਊ ਕੰਪਨੀ ਹੈ ਜਿਨ੍ਹਾਂ ਨੇ ਫਿਲਮ ਪ੍ਰੋਡਿਊਸ ਕੀਤੀ ਹੈ, ਜੈ ਮਨਾਸ ਐਂਡ ਭੁਪਿੰਦਰ ਮਨਾਸ ਜੀ ਔਨ ਟੂ ਮਾਈ ਰਾਈਟ, ਐਂਡ ਨਵਾਂ ਮੁੰਡਾ ਦੈਟ ਵੀ ਲਾਂਚਿੰਗ ਜਵਨਪ੍ਰੀਤ ਸਿੰਘ ਐਜ਼ ਅ ਹੀਰੋ, ਐਂਡ ਕਮਲਜੀਤ ਜੀ ਨੇ ਡਾਇਰੈਕਟ ਕੀਤੀ ਹੈ ਫਿਲਮ। ਐਂਡ ਬੇਸਿਕਲੀ ਫਿਲਮ ਹੈਗੀ 1970s ਪੀਰੀਓਡਿਕ ਫਿਲਮ ਹੈ, ਫੈਮਿਲੀ ਡਰਾਮਾ ਹੈ, ਕਾਮੇਡੀ ਹੈ, ਸਸਪੈਂਸ ਹੈ, ਥ੍ਰਿਲਰ ਹੈ, ਰੋਮਾਂਸ ਹੈ, ਬਹੁਤ ਸਾਰਾ ਰੋਮਾਂਸ ਹੈ, ਫਨ ਹੈ, ਸੋ ਸਭ ਆਲ ਲਾਈਕ ਆਲ ਅਰਾਊਂਡ, ਐਂਡ ਯਾ ਤੁਹਾਨੂੰ ਵਧੀਆ ਲੱਗੇਗੀ। ਮੇਰੇ ਕਿਰਦਾਰ ਦਾ ਨਾਮ ਹੈ ਚੰਨ ਕੌਰ, ਐਂਡ ਮੈਂ ਗੋਡ ਬੇਸਿਕਲੀ ਜਿਹੜਾ ਲੜਕਾ ਹੁੰਦਾ ਹੈ ਉਹ ਚੰਨ ਕੌਰ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਅਤੇ ਉਹਨੂੰ ਦੇਖ ਕੇ ਵਿਆਹ ਕਰਾਉਣਾ ਚਾਹੁੰਦਾ ਹੈ, ਸੋ ਉਹਨੂੰ ਪਹਿਲਾਂ ਲੱਭਦਾ ਹੈ ਚੰਨ ਕੌਰ ਨੂੰ, ਐਂਡ ਫਿਰ ਫਾਈਨਲੀ ਜਦੋਂ ਉਹ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਪ੍ਰੋਬਲਮਸ ਆਉਂਦੀਆਂ ਨੇ, ਯੂ ਨੋ ਉਹਨੂੰ ਇੱਕ ਤਾਂ ਫੌਜੀ ਵਾਲੀ ਪ੍ਰੋਬਲਮ ਆਉਂਦੀ ਹੈ ਜੋ ਅਸੀਂ ਦੱਸਣਾ ਨਹੀਂ ਚਾਹੁੰਦੇ ਕਿਉਂਕਿ ਉਹਦੇ ਵਿੱਚ ਹੀ ਸਸਪੈਂਸ ਹੈ ਤਾਂ ਉਹਦੇ ਵਿੱਚ ਹੀ ਕੌਮੇਡੀ ਹੈ, ਪਰ ਅਸੀਂ ਉਹ ਬਸ ਦੱਸਿਆ ਕਿ ਅਸੀਂ ਦੱਸਣਾ ਨਹੀਂ ਚਾਹੁੰਦੇ, ਸੋ ਹਾਂ ਉਹ ਨਹੀਂ ਦੱਸ ਸਕਦੇ ਕਿ ਫੌਜੀ ਨਹੀਂ ਕਹਿਣਾ, ਇਸ ਲਈ ਚਾਹੁੰਦੇ ਕਿ ਲੋਕ ਟ੍ਰੇਲਰ ਦੇਖ ਕੇ ਜਾਣਨਾ, ਮੀਨ ਜਿੱਦਾਂ ਤੁਸੀਂ ਜਾਣਨਾ ਚਾਹ ਰਹੇ ਹੋ ਨਾ ਕਿ ਫੌਜੀ ਕਿਉਂ ਨਹੀਂ ਕਹਿਣਾ, ਮੈਂ ਅਸੀਂ ਇਹੀ ਚਾਹੁੰਦੇ ਹਾਂ ਕਿ ਆਡੀਅੰਸ ਵੀ ਸੋਚੇ ਕਿ ਫੌਜੀ ਹਾਂ ਇਸ ਨਾਲ ਥੋੜੇ ਚ ਆਇਆ ਹੈ ਨਾ ਵੀ ਹਾਂ ਕਿਉਂ ਨਹੀਂ ਕਹਿਣਾ, ਇਹ ਇੱਕ ਸਸਪੈਂਸ ਪੈਦਾ, ਮਤਲਬ ਇਹ ਜਿਹੜਾ ਟ੍ਰੇਲਰ ਆ ਇਸ ਫਿਲਮ ਦੀਆਂ 6 ਰੀਲਾਂ ਹੁੰਦੀਆਂ ਨੇ ਬੇਸਿਕਲੀ। ਯਾ ਹਾਂ, ਸੋ ਇਹੀ ਜੋ ਇਹਨਾਂ ਨੇ ਕਿਹਾ ਕਿ ਬੇਸਿਕਲੀ ਇਹ ਸਮਾਲ ਪੋਰਸ਼ਨ ਦਿਖਾ ਰਹੇ ਹਾਂ ਅਸੀਂ ਟ੍ਰੇਲਰ ਵਿੱਚ ਆਪਣੇ, ਫੋਰ ਐਗਜ਼ਾਮਪਲ ਜਿਹੜੀ ਨਵੀਂ ਜਨਰੇਸ਼ਨ ਜਿਹਨਾਂ ਨੂੰ ਨਹੀਂ ਪਤਾ ਕਿ ਸਾਕ ਕੀ ਹੁੰਦਾ ਹੈ ਜਾਂ ਫਿਰ ਮੁਕਲਾਵਾ ਕੀ ਹੁੰਦਾ ਹੈ ਅਤੇ ਕਿਵੇਂ 1970s ਵਿੱਚ ਇੱਕ ਪਿੰਡ ਦੇ ਕੀ ਰੀਤੀ ਰਿਵਾਜ਼ ਸੀ, ਯੂ ਨੋ ਉਹ ਥੋੜ੍ਹਾ ਜਿਹਾ ਕਨੈਕਟ ਹੋ ਜਾਣਗੇ, ਇਨਫੋਰਮੇਸ਼ਨ ਹੋ ਜਾਵੇਗੀ ਨਵੀਂ ਜਨਰੇਸ਼ਨ ਲਈ, ਜਿਹੜੇ ਮੇਰੇ ਪੇਰੈਂਟਸ ਦੀ ਜਨਰੇਸ਼ਨ ਹੈ ਉਹਨਾਂ ਨੂੰ ਆਈ ਥਿੰਕ ਰਿਲੇਟ ਕਰ ਪਾਉਣਗੇ ਆਪਣੇ ਟਾਈਮ ਦੇ ਨਾਲ, ਐਂਡ ਮੋਰ ਇੰਪੋਰਟੈਂਟਲੀ ਇਸ ਐਂਟਰਟੇਨਿੰਗ, ਯੂ ਨੋ ਇਟਸ ਐਨ ਐਂਟਰਟੇਨਿੰਗ ਫਿਲਮ, ਸੋ ਯਾ ਹਾਂਜੀ ਫੈਮਿਲੀ ਵੈਲਿਊਜ਼। ਐਂਡ ਇਹੀ ਕਹਿਣਾ ਚਾਹੂੰਗਾ ਜੀ, ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ, ਸੋ ਫਿਲਮ ਦੇ ਵਿੱਚ ਸਾਰੀ ਮੇਰੀ ਸਟਾਰ ਕਾਸਟ ਨੇ, ਪ੍ਰੋਡਕਸ਼ਨ ਟੀਮ ਨੇ, ਡਾਇਰੈਕਸ਼ਨ ਟੀਮ ਨੇ, DOP ਟੀਮ ਨੇ, ਸੋ ਫਿਲਮ ਬਣੀ ਵੀ ਬਹੁਤ ਮਿਹਨਤ ਨਾਲ ਆ ਅਤੇ ਬਣੀ ਵੀ ਸੋਹਣੀ ਹੋਈ ਆ, ਸੋ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਵੀ ਸਾਡੀ 6 ਸਤੰਬਰ ਨੂੰ ਫਿਲਮ ਜ਼ਰੂਰ ਦੇਖੋ ਸਾਰੇ ਜਾਣੇ ਜਾ। ਫਿਲਮ 'ਚ ਮੇਰਾ ਫੌਜੀ ਕਰਮ ਸਿੰਘ ਦਾ ਕਿਰਦਾਰ ਆ ਅਤੇ ਜਿਹੜਾ ਕਿ ਦੇਖ ਕੇ ਕੁੜੀ ਵਿਆਹ ਕਰਾਉਣਾ ਚਾਹੁੰਦਾ। ਮੈਂ ਅਸਲ 'ਚ ਜਿਹੜਾ ਪੰਜਾਬ ਪੁਲਿਸ ਜੋਬ ਕਰਦਾ, ਪਰ ਮੇਰਾ ਜਿਹੜਾ ਥੀਏਟਰ ਨਾਲ ਰੁਝਾਨ ਆ ਲਗਾ ਉਹ ਪਹਿਲਾਂ ਤੁਸੀਂ ਕਾਲਜ ਟਾਈਮ ਤੋਂ ਸੀਗਾ, ਫੁੱਲ ਔਨ ਕਮੇਡੀ ਐਂਡ ਰੋਮੈਂਟਿਕ ਫਿਲਮ ਹੋਈ ਆ ਪੰਨੀ ਵਾਲਾ ਮਾਲਾ, ਇਹ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ,
ਹਾਂਜੀ ਪੰਜਾਬ ਦੇ, ਪਰ ਰਾਜਸਥਾਨ ਦਾ ਬਾਰਡਰ ਪੈ ਜਾਂਦਾ। ਹਾਂ ਇਹ ਜਿਵੇਂ ਇਹੀ ਦੇਣਾ ਚਾਹੁੰਦਾ ਵੀ ਅੰਮ੍ਰਿਤਸਰ ਗੁਰੂ ਮਹਾਰਾਜ ਦੀ ਨਗਰੀ ਆ, ਹੈ ਨਾ, ਸੋ ਅਸੀਂ ਆਸ਼ੀਰਵਾਦ ਲੈਣ ਆਇਆ ਗੁਰੂ ਮਹਾਰਾਜ ਦਾ ਇੱਥੋਂ। ਸੋ ਸਾਰਿਆਂ ਨੂੰ ਅਪੀਲ ਵੀ ਕਰਨਾ ਕਿ ਸਾਡੀ ਫਿਲਮ ਨੂੰ ਵਧੀਆ ਪਿਆਰ ਦਿਓ ਅਤੇ ਦੇਖੋ 6 ਤਰੀਕ ਨੂੰ ਜਾ ਕੇ, ਤਾਂ ਕਿ ਸਾਡੀ ਫਿਲਮ ਵਧੀਆ ਤੁਹਾਨੂੰ ਚੰਗੀ ਲੱਗੇ ਤਾਂ ਜ਼ਰੂਰ ਕਿਸੇ ਸ਼ੇਅਰ ਵੀ ਕਰਿਓ ਵੀ ਹਾਂ ਦੇਖਣ ਜਾਓ। ਹਾਂਜੀ ਗੀਤ ਇਹਦੇ 'ਚ ਜੀ ਆਪਣੇ 4 ਮੇਨ ਸੌਂਗ ਨੇ, 1 ਟੱਪੇ ਨੇ, ਅਤੇ ਜਿਹੜੇ ਟੱਪੇ ਨੇ ਉਹ ਸਿਚੁਏਸ਼ਨ ਵਾਈਜ਼ ਚੱਲਦੇ ਨੇ ਜਿਹੜੇ।